ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਨੂਰਮਹਿਲ ਫਲੋਰ ਨਕੋਦਰ ਸੜਕ ਨੂੰ ਬਣਾਉਣ ਵਿੱਚ ਅਸਫਲ ਰਹਿਣ ਕਾਰਨ ਅੱਜ ਨੂਰਮਹਿਲ ਦੇ ਤਲਵਣ ਚੌਂਕ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਈਨ ਅਸ਼ੋਕ ਸੰਧੂ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਨੇ PWD ਵਿਭਾਗ ਦਾ ਪੁਤਲਾ ਫੂਕਿਆ। ਮੌਕੇ ਤੇ ਰੋਸ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨੂਰਮਹਿਲ ਫਲੋਰ ਨਕੋਦਰ ਸੜਕ ਨੂੰ ਵਿਸ਼ੇਸ਼ ਤੌਰ ਤੇ ਸੰਗਤਾਂ ਦੀਆਂ ਸੁੱਖ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਉਣਾ ਸੀ ਅਤੇ ਇਸ ਸੜਕ ਲਈ ਫੰਡ ਜਾਰੀ ਕਰਕੇ ਇਸ ਸੜਕ ਦਾ ਠੇਕਾ ਵੀ ਦੇ ਦਿੱਤਾ ਸੀ, ਪਰ ਵਿਭਾਗ ਦੀ ਨਲਾਇਕੀ ਕਾਰਨ ਇਹ ਸੜਕ ਅੱਜ ਤੱਕ ਨਹੀਂ ਬਣੀ। ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਇਹ ਪ੍ਰਮੁੱਖ ਸੜਕ ਹੈ। ਜੋ ਲੋਕ ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦਰ ਤੇ ਪਹੁੰਚ ਰਹੇ ਹਨ, ਬਹੁਤ ਖੱਜਲ ਖੁਆਰ ਹੋ ਕੇ ਪਹੁੰਚ ਰਹੇ ਹਨ। PWD ਵਿਭਾਗ ਨੇ ਸੜਕ ਨਾ ਬਣਾ ਕੇ ਪੂਰੇ ਇਲਾਕੇ ਦੇ ਲੋਕਾਂ ਨਾਲ ਧੋਖਾ ਕਮਾਇਆ। ਲੋਕ ਇਸ ਰਸਤੇ ਆਉਣ ਵਾਲੀਆਂ ਸੰਗਤਾਂ ਦਾ ਸਵਾਗਤ ਕਰਨ ਤੋਂ ਵੀ ਵਾਂਝੇ ਰਹਿ ਗਏ ਹਨ। ਨੂਰਮਹਿਲ ਜਲੰਧਰ ਤਲਵਣ ਰੋਡ ਨੂੰ ਵੀ ਵਿਭਾਗ ਨੇ ਨਜ਼ਰ ਅੰਦਾਜ਼ ਕੀਤਾ ਹੋਇਆ, ਜਿਸ ਦੇ ਚਲਦਿਆਂ ਅੱਜ ਦਾ ਪੁਤਲਾ ਫੂਕ ਪ੍ਰਦਰਸ਼ਨ ਬਿਲਕੁਲ ਜਾਇਜ਼ ਹੈ। ਉਹਨਾਂ ਕਿਹਾ ਕਿ ਜੇਕਰ ਜਲਦੀ ਹੀ ਸੜਕਾਂ ਦਾ ਕੰਮ ਜਲਦੀ ਮੁਕੰਮਲ ਨਾ ਕੀਤਾ ਗਿਆ ਤਾਂ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦਾ ਪੁਤਲਾ ਫੂਕ ਪ੍ਰਦਰਸ਼ਨ PWD ਵਿਭਾਗ ਦੇ ਖਿਲਾਫ ਕੀਤਾ ਗਿਆ, ਕਿਉਂਕਿ ਨੂਰਮਹਿਲ ਨਕੋਦਰ ਫਲੋਰ ਔਰ ਆਲੇ ਦੁਆਲੇ ਦੇ ਜਿੰਨੇ ਵੀ ਇਲਾਕੇ ਦੇ ਲੋਕ ਹੈਗੇ ਆ ਉਹ ਇਸ ਗੱਲੋਂ ਬਹੁਤ ਪਰੇਸ਼ਾਨ ਆ ਵੀ ਕੀ, ਕਿਉਂਕਿ ਜਿਹੜਾ PWD ਡਿਪਾਰਟਮੈਂਟ ਹੈਗਾ ਇਹਨੇ ਸਾਰੀਆਂ ਸੰਗਤਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ। 550 ਸਾਲਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸੀਗਾ ਜੀ, ਉਹ ਨਕੀਆ ਮਨਾਇਆ ਜਾਣਾ ਸੀਗਾ ਔਰ ਉਹ ਤੋਂ ਪਹਿਲਾਂ ਇਹ ਜਿਹੜੀ ਨੂਰਮਹਿਲ ਫਲੋਰ ਨਕੋਦਰ ਸੜਕ ਸੀਗੀ ਇਹ ਬਣਾਈ ਜਾਣੀ ਸੀਗੀ। ਅਸੀਂ ਵਿਭਾਗ ਦੇ ਨਾਲ ਬਹੁਤ ਵਾਰੀ ਸੰਪਰਕ ਕੀਤਾ ਪਰ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਬਸ 2-3 ਦਿਨਾਂ ਤੱਕ ਅਸੀਂ ਸੜਕ ਬਣਾ ਦੇਣੀ ਆ, ਔਰ ਜਿਹੜੀਆਂ ਸਾਡੇ ਅਖਬਾਰਾਂ ਦੇ ਪੱਤਰਕਾਰ ਹੈਗੇ ਆ ਉਹਨਾਂ ਨੇ ਵੀ ਨਕੀਆਂ ਨੂੰ ਧੋਖੇ 'ਚ ਰੱਖਿਆ, ਬਸ ਅਗਲੇ ਸੋਮਵਾਰ ਜੀ ਸੜਕੇ ਤਿਆਰ ਹੋ ਜਾਣੀ ਆ। ਨਤੀਜਾ ਇਹ ਹੋਇਆ ਕਿ ਪ੍ਰਕਾਸ਼ ਜੋ ਉਤਸਵ ਜਿਹੜਾ ਹੈਗਾ ਜੀ 550 ਸਾਲਾਂ ਇਹ ਵੀ ਨਿਕਲ ਗਿਆ ਪਰ ਸੜਕ ਜਿਉਂ ਦੀ ਤਿਉਂ ਆ। ਅਸੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇਹ ਖਬਰ ਆਈ ਸੀ ਵੀ ਜੇ ਤੁਸੀਂ ਨਕੀਆਂ ਜੋ ਡੂੰਘੇ ਟੋਏ ਹੈਗੇ ਆ ਜੇ ਇਹ ਨਹੀਂ ਪੂਰਨੇ ਤਾਂ ਘੱਟੋ ਘੱਟ ਮਿੱਟੀ ਪਾ ਕੇ ਪੂਰ ਦਿਓ ਔਰ ਨਾਲ ਜਿਹੜਾ ਹੈਗਾ ਲੁੱਕ ਪਾ ਦਿਓ ਤਾਂ ਕਿ ਇਹਨਾਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਸੁਖਿਆਈ ਹੋਵੇ। ਪਰ ਇਹਨੇ ਸਿਰਫ ਮਿੱਟੀ ਪਾ ਦਿੱਤੀ, ਮਿੱਟੀ ਪਾ ਕੇ ਇਹਨੇ ਗੱਲ ਸਾਬਤ ਕਰ ਦਿੱਤੀ ਵੀ ਇਹਨਾਂ ਨੇ ਮਤਲਬ ਮਿੱਟੀ ਪਲੀਤ ਹੀ ਕੀਤੀ ਆ, ਕਿਉਂਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਮਤਲਬ PWD ਡਿਪਾਰਟਮੈਂਟ ਨੂੰ ਜਿੰਨੀ ਰਾਸ਼ੀ ਚਾਹੀਦੀ ਸੀ ਉਹ ਮੁਹੱਈਆ ਕਰ ਦਿੱਤੀ ਸੀਗੀ। ਉਹ ਜਿਹੜਾ ਇਹਦਾ ਕੰਟਰੈਕਟਰ ਹੈਗਾ ਉਹ ਵੀ ਨਕੀਆ ਅਗਰਵਾਲ ਇਨ ਕੰਪਨੀ ਨੂੰ ਦੇ ਦਿੱਤਾ ਸੀ, ਪਰ ਇਹਨਾਂ ਦੀ ਢਿਲਮਠ ਕਾਰਨ ਮਤਲਬ ਜਿਹੜਾ ਜੋ ਮਿਸਮੈਨੇਜਮੈਂਟ ਹੈਗੀ ਆ ਉਹਦੇ ਕਾਰਨ ਇਹਨਾਂ ਨੇ ਮਤਲਬ ਸਾਰਾ ਜੋ ਸਿਸਟਮ ਸੀ ਖਰਾਬ ਕਰ ਦਿੱਤਾ। ਲੋਕ ਰੋਜ਼ ਪਰੇਸ਼ਾਨ ਹੋ ਰਹੇ ਆ, ਕਿੰਨੇ ਐਕਸੀਡੈਂਟ ਹੋ ਰਹੇ, ਕਿੰਨੀਆਂ ਗੱਡੀਆਂ ਟੁੱਟ ਰਹੀਆਂ ਹੈਗੀਆਂ ਜਿਹਦਾ ਆਪਾਂ ਅੰਦਾਜ਼ਾ ਲਾਉਣਾ ਬਹੁਤ ਨਕੀ ਮੁਸ਼ਕਲ ਹੈਗਾ। ਇਸ ਕਰਕੇ ਅਸੀਂ ਬਹੁਤ ਮਜਬੂਰੀ ਦੇ ਵਿੱਚ ਅੱਜ ਇਹ ਜਿਹਾ ਪੁਤਲਾ ਫੂਕ ਪ੍ਰਦਰਸ਼ਨ ਸੀਗਾ PWD ਡਿਪਾਰਟਮੈਂਟ ਦੇ ਖਿਲਾਫ ਸਾਨੂੰ ਕਰਨਾ ਪਿਆ, ਔਰ ਜੇਕਰ ਹੁਣ ਵੀ ਇਸ ਤੋਂ ਬਾਅਦ ਵੀ PWD ਡਿਪਾਰਟਮੈਂਟ ਨਾ ਜਾਗਿਆ ਤਾਂ ਇਸ ਤੋਂ ਬਾਅਦ ਅਸੀਂ ਅਰਥੀ ਫੂਕ ਪ੍ਰਦਰਸ਼ਨ ਕਰਾਂਗੇ ਔਰ ਜਿੰਨੀਆਂ ਟੁੱਟੀਆਂ ਟੁੱਟੀਆਂ ਸੜਕਾਂ ਹੈਗੀਆਂ ਅਰਥੀਆਂ ਜਾਵਾਂਗੇ, ਉਹਦਾ ਇੱਕ ਦਿਨ ਨਗਰ ਉਹਦਾ ਨਗੀਆ ਸੀ ਜਿਹੜਾ ਭੋਗ ਪਾਵਾਂਗੇ ਜੀ। ਨੂਰਮਹਿਲ ਤੋਂ ਲਵਲੀ ਕੁਮਾਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।